सेवन के भरपूर जुग जुग सेवक के भरपूर जुग जुग वाहे गुरु तेरा सब सदका निरंकार प्रभ सदा सलामत कह न सके को कद का ब्रह्मा विष्णु सिरे तैं अगनत तिन को मोह पया मन मद का चौरासी लख जूनी उपाय रिजक दिया सब हमको तत्का सेवक का भरपूर जुग जुग वाह गुरु तेरा सब सदका देवपुरी में गयो आप परमेश्वर पायो हर सिंहासन दियो श्री गुरु तह बैठायो रहस कियो सुर देव तोहे जस जय जय जंपे असुर गए ते पाप तिन भीतर कंपे काटे सो पाप तिन नरों के काटे सो पाप तिन नरों के गुर रामदास जिन पायो शदर सिंहासन बिरथ में गुर अर्जुन कौ दे आयो शदर सिंहासन बिरथ में गुर अर्जुन कौ दे आयो जोत रूप हर आप गुरु नानक कहायो ताते अंगद भयो तात सिंह तत् मिलायो अंगद कृपा धार अमर सतगुर थिर कियो अमरदास अमृत शतर गुर राम दियो गुर रामदास दर्शन परस गुर रामदास दर्शन परस कह मथुरा अमृत बैन मूरत पंच परमान पुरख गुर अर्जुन भिखो ने बेशुमार अथाह अगनत अतुल ज्यों बुलावो त्यों नानक दास बोले ज्यों बुलावो त्यों नानक दास बोले निमाणिया दे मान सतगुरु नताणिया दे ताण निआसरिया दा आसरा सर्व सांझी वालता दे रहिबर दसां पातशाहियां दी जोत राजान राज पानान पान देवान देव हुकमा महान नानक सुध सिमरत वेद पार ब्रह्म करना ही हित कुरबाणी गुरु शब्द गुरु ज्ञान गुरु धन 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 श्री गुरु ग्रंथ साहिब सच्चे शहनशाह की निर्मल हजूरी च मिल बैठे सन्मान योग
ਗੁਰੂ ਸਵਾਰੇ ਸਤਸੰਗੀ ਜਨੂ ਗੁਰਮਤ ਵਿਚਾਰਾਂ ਤੋਂ ਪਹਿਲਾਂ ਸਾਰੀ ਸੰਗਤ ਮਿਲ ਕੇ ਅਦਬ ਸਹਿਤ ਗੁਰਫਤਿਹ ਦੀ ਸਾਂਝ ਪਾਈਏ। ਸਾਰੇ ਮਾਰੋ ਚੌਂਕੜੇ ਜੁੜੋ, ਅੱਜ ਗੁਰੂ ਸਾਹਿਬ ਦੇ ਅਦਬ ਵਿੱਚ ਝੁਕਾਓ ਸੀਸ, ਮਿਲ ਕੇ ਫਤਿਹ ਦੀ ਸਾਂਝ ਪਾਓ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਉਤਸਵ, ਜਿਸ ਦੇ ਸੰਬੰਧ ਵਿੱਚ ਪਿਛਲੇ ਕੁਛ ਦਿਨਾਂ ਤੋਂ ਚੱਲ ਰਹੇ ਸਮਾਗਮ ਵਿੱਚ ਲਗਾਤਾਰ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਲਵਾ ਰਹੇ ਹੋ। ਵੱਖ ਵੱਖ ਵਿਦਵਾਨ ਜਨਾਂ ਪਾਸੋਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਵੱਖਰੇ ਵੱਖਰੇ ਢੰਗ ਨਾਲ ਸਤਿਗੁਰ ਦੀ ਮਹਿਮਾ, ਗੁਰੂ ਦੀਆਂ ਕਥਾ ਕਹਾਣੀਆਂ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਰੋਜ਼ਾਨਾ ਸਰਵਣ ਕਰਦੇ ਹੋਏ ਹਲਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਛਈਆਂ, ਆਏ ਮਿਲ ਗੁਰਸਿੱਖ ਆਏ ਮਿਲ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ, ਜਿਨ ਸਤਿਗੁਰ ਪਿਆਰਾ ਦੇਖਿਆ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਮੇਰੇ ਸਤਿਗੁਰ ਨੂੰ ਵੇਖ ਹੀ ਲਿਆ, ਅਜੇ ਕਮਾਈ ਕਰਨੀ, ਅਜੇ ਘਾਲਣਾ ਘਾਲਣੀ, ਮਸ਼ਕਤ ਕਰਨੀ, ਗੁਰੂ ਦੇ ਆਖੇ ਲੱਗਣਾ, ਗੁਰੂ ਦੀ ਆਗਿਆ ਵਿੱਚ ਆ ਜਾਣਾ ਤੇ ਬਾਅਦ ਦੀ ਗੱਲ ਹੈ। ਪਹਿਲਾਂ ਤੇ ਸਤਿਗੁਰ ਨੂੰ ਜਾ ਕੇ ਦੇਖਣਾ ਹੀ ਹੈ, ਦਰਸ਼ਨ ਹੀ ਕਰਨਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਸਤਿਗੁਰ ਦੇ ਕਿਤਨਾ ਆਖੇ ਲੱਗਾ, ਤੂੰ ਸਤਿਗੁਰ ਦੀ ਕਿਤਨੀ ਆਗਿਆ ਵਿੱਚ ਆਇਆ, ਤੂੰ ਕਿਤਨਾ ਸਤਿਗੁਰੂ ਦੇ ਨਾਲ ਪ੍ਰੇਮ ਪ੍ਰਤੀਤ ਤੇ ਪ੍ਰੀਤ ਬਣਾਈ ਆ, ਇਹ ਗੱਲ ਅਗਾਂਹ ਦੀ ਹੈ। ਘੱਟੋ ਘੱਟ ਚੱਲ ਕੇ ਘਰੋਂ ਆ ਕੇ ਸਤਿਗੁਰ ਨੂੰ ਦੇਖਿਆ ਗਿਆ। ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਵਿੱਚੋਂ ਮੋਹ ਮਮਤਾ ਚੋਂ ਨਿਕਲ ਕੇ ਉਹਦੀ ਸੰਗਤ ਵਿੱਚ ਧਿਆਇਆ, ਉਹਨਾਂ ਨਾਲੋਂ ਤੇ ਚੰਗਾ ਜਿਹੜੇ ਘਰਾਂ ਚ ਬੈਠੇ ਹੋਣ। ਜਿਨ ਸਤਿਗੁਰ ਪਿਆਰਾ ਦੇਖਿਆ, ਕੀ ਹੈ ਜੀ ਉਹਨਾਂ ਵਾਸਤੇ? ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਤਿੰਨ ਕੋ ਹੋ ਵਾਰੀ। ਉਹਦੇ ਤੋਂ ਬਾਅਦ ਅਗਲੀ ਗੱਲ, ਜਿਨ ਗੁਰ ਕੀ ਕੀਤੀ ਚਾਕਰੀ, ਜਿਹੜੇ ਚਾਕਰ ਹੋ ਗਏ, ਜਿਹੜੇ ਮਨ ਕਰਕੇ ਬਿਰਤੀ ਕਰਕੇ ਗੁਰੂ ਦੇ ਸੇਵਾਦਾਰ ਬਣ ਕੇ ਚਾਕਰੀ ਕਮਾਉਣ ਲੱਗ ਪਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਵਲੇ ਹਰੀ, ਉਹਨਾਂ ਤੋਂ ਫਿਰ ਸਦਾ ਵਾਸਤੇ ਬਲਿਹਾਰ। ਕੱਲ੍ਹ ਭੱਟਾਂ ਦੇ ਸਵਾਈਆਂ 'ਚੋਂ ਦਾਸ ਨੇ ਬੇਨਤੀ ਕੀਤੀ ਸੀ, ਜਿਹੜਾ ਦਾਸ ਦਾ ਵਿਸ਼ਾ ਜਿੱਥੇ ਕਥਾ ਕੱਲ ਛੱਡੀ ਸੀ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਾਨ ਤਰਾਸ ਮਿਟਾਈ। ਦੁਨੀਆਂ ਵਿੱਚ ਸਭ ਤੋਂ ਵੱਡਾ ਡਰ, ਸੰਸਾਰ ਵਿੱਚ ਸਭ ਤੋਂ ਵੱਡਾ ਭੈ, ਇਸ ਮਨੁੱਖ ਵਾਸਤੇ ਅਗਰ ਕੋਈ ਹੈ ਸਾਰਿਆਂ ਤੋਂ ਵੱਡਾ ਡਰ, ਮੌਤ ਦਾ ਡਰ। ਦੁੱਖ ਤੋਂ ਬੰਦਾ ਇਸ ਕਰਕੇ ਨਹੀਂ ਡਰਦਾ ਕਿ ਇਹ ਦੁੱਖ ਮੈਨੂੰ ਦੁਖੀ ਕਰਦਾ, ਦੁੱਖ ਦੇ ਪਿੱਛੇ ਮੌਤ ਹੋ, ਤਾਂ ਕਰਕੇ ਦੁੱਖ ਤੋਂ ਡਰਦਾ ਹੋ ਵੀ ਇਸ ਦੁੱਖ ਨਾਲ ਮੇਰੀ ਮੌਤ ਨਾ ਹੋ ਜੇ। ਸਭ ਤੋਂ ਵੱਡਾ ਦੁੱਖ ਮੌਤ ਦਾ ਹੀ, ਸਭ ਤੋਂ ਜ਼ਿਆਦਾ ਡਰ ਮੌਤ ਦਾ। ਕੀਰਤ ਭੱਟ ਜੀ ਨੇ ਆਖਿਆ, ਧੰਨ ਗੁਰੂ ਰਾਮਦਾਸ, ਤੁਹਾਡੀ ਸੰਗਤ ਵਿੱਚ ਆ ਜਾਵਾਂ, ਗੁਰੂ ਦੀ ਸੰਗਤ ਵਿੱਚ ਆ ਜਾਵਾਂ, ਮੌਤ ਦਾ ਡਰ ਵੀ ਮੁੱਕ ਜਾਂਦਾ, ਜਮਾਂ ਦਾ ਡਰ ਵੀ ਮੁੱਕ ਜਾਂਦਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਜਿੱਥੇ ਤੁਸੀਂ ਬੈਠੇ ਹੋ। ਇਹਨੂੰ ਸਹਿਜ ਸੁਭਾਏ ਦਾਸ ਨੇ ਉਹਨੇ ਕਥਾ ਸ਼ੁਰੂ ਕਰਨ ਵੇਲੇ ਵੀ ਬੇਨਤੀ ਕੀਤੀ ਹੈ ਕਿ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋਏ ਸਤ ਸੰਗੀ ਜਨ, ਸਤ ਸੰਗੀਓ, ਜਿਹੜਾ ਸੱਤ ਦੀ ਸੰਗਤ ਕਰਨ ਵਾਲਾ, ਸਹੀ ਅਰਥਾਂ 'ਚ ਉਹ ਸਤ ਸੰਗੀ ਨੇ, ਧਿਆਨ ਰੱਖਿਓ। ਜਿਸ ਨੇ ਸੱਤ ਦੀ ਸੰਗਤ ਕੀਤੀ ਹੈ ਉਹ ਸੱਤ ਸੰਗੀ ਹੈ, ਗੁਰੂ ਦੀ ਸੰਗਤ ਕੀਤੀ ਹੈ, ਗੁਰ ਸੰਗਤ ਕਰਨ ਵਾਲਾ ਸੱਤ ਸੰਗੀ ਹੈ। ਸੱਤ ਦੀ ਸੰਗਤ ਦਾ ਅਰਥ ਹੁੰਦਾ ਸੱਚ ਦੀ ਸੰਗਤ। ਇਹ ਸੱਤ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ, ਸੱਤ ਲਫ਼ਜ਼ ਸੰਸਕ੍ਰਿਤ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਆਇਆ। ਇਸ ਦਾ ਪੰਜਾਬੀ ਦੇ ਵਿੱਚ ਉਲੱਥਾ ਹੈ ਸੱਚ, ਸੱਤ ਸੰਸਕ੍ਰਿਤ ਦਾ ਸ਼ਬਦ ਹੈ, ਪੰਜਾਬੀ ਚ ਇਹਦਾ ਉਲੱਥਾ ਹੈ ਸੱਚ, ਤੇ ਸੱਚ ਦਾ ਅਰਥ ਹੈ ਜਿਹੜਾ ਪਰਦਾ ਨਹੀਂ।
ਸੱਚ ਦਾ ਅਰਥ ਹੈ ਜਿਸ ਨੂੰ ਮੌਤ ਨਹੀਂ ਆਉਂਦੀ, ਅਵਨਾਸ਼ੀ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਥੇ ਸੱਚ ਸ਼ਬਦ ਰੱਬ ਵਾਸਤੇ ਵਰਤਿਆ, ਇੱਥੇ ਸੱਚ ਸ਼ਬਦ ਪਰਮੇਸ਼ਵਰ ਵਾਸਤੇ ਵਰਤਿਆ ਗੁਰੂ ਨਾਨਕ ਦੇਵ ਸਾਹਿਬ ਨੇ। ਆਦਿ ਸੱਚ ਪਰਮਾਤਮਾ ਆਦਿ ਤੋਂ ਸ਼ੁਰੂ ਤੋਂ ਹੀ ਕਾਇਮ ਹੈ, ਹੋਣ ਵਾਲਾ ਹੈ, ਉੱਥੇ ਸੱਚ ਦਾ ਅਰਥ ਰੱਬ ਹੀ ਹੈ। ਸੱਤ ਸੰਗਤ, ਸੱਤ ਦੀ ਸੰਗਤ ਕਰਨ ਵਾਲਾ ਭਾਵ ਸੱਚ ਦੀ ਸੰਗਤ ਕਰਨ ਵਾਲਾ, ਤੇ ਸੱਚ ਦੀ ਸੰਗਤ ਕਰਨ ਵਾਲੇ ਦਾ ਮਤਲਬ ਅਵਨਾਸੀ ਦੀ ਸੰਗਤ ਕਰਨ ਵਾਲਾ, ਅਵਨਾਸੀ ਜਾਂ ਪਰਮਾਤਮਾ ਅਵਨਾਸੀ ਜਾਂ ਗੁਰੂ ਅਵਨਾਸੀ। ਰੱਬ ਵਾਸਤੇ ਵੀ ਅਵਨਾਸੀ ਸ਼ਬਦ ਆਇਆ, ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਾਹਿਬ ਮਾਲਕ ਹੋਈ, ਤੇ ਸਤਿਗੁਰ ਵਾਸਤੇ ਅਵਨਾਸੀ ਸ਼ਬਦ ਆਇਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਸੱਤ ਸੰਗਤ ਦਾ ਅਰਥ ਕੀ ਹੋ ਗਿਆ ਫਿਰ? ਸੱਤ ਦੀ ਸੰਗਤ ਕਰਨ ਵਾਲਾ, ਸੱਚ ਦੀ ਸੰਗਤ ਕਰਨ ਵਾਲਾ, ਅਵਨਾਸੀ ਦੀ ਸੰਗਤ ਕਰਨ ਵਾਲਾ, ਜਿਹੜਾ ਨਾਸ਼ ਨਹੀਂ ਹੁੰਦਾ ਉਹਦੀ ਸੰਗਤ ਕਰਨ ਵਾਲਾ, ਤੇ ਜਿਹਨਾਂ ਨੇ ਉਸ ਗੁਰੂ ਦੀ ਸੰਗਤ ਕਰ ਲਈ ਹੈ, ਜਿਸ ਨੇ ਰੱਬ ਦੀ ਸੰਗਤ ਕਰ ਲਈ ਹੈ। ਕੀਰਤ ਭੱਟ ਕਹਿੰਦੇ ਉਹਨਾਂ ਦਾ ਜਮਾਂ ਦਾ ਡਰ, ਮੌਤ ਦਾ ਡਰ ਤੇ ਮਲੰਤ, ਮਲੰਤ ਦਾ ਮਤਲਬ ਮਿਲਣਾ, ਸਤਿਗੁਰ ਨਾਲ ਮਿਲ ਕੇ ਜਮ ਤਰਾਸ ਮਿਟਾਈ, ਜਮਾਂ ਦਾ ਡਰ ਵੀ ਮੁੱਕ ਗਿਆ, ਜੀਵਨ ਵਿੱਚ ਐਸਾ ਆਨੰਦ ਆ ਗਿਆ, ਜੀਵਨ ਵਿੱਚ ਐਸਾ ਖੇੜਾ ਆ ਗਿਆ, ਹੁਣ ਮੌਤ ਵੀ ਤੇ ਜਮ ਵੀ ਮੈਨੂੰ ਡਰਾ ਨਹੀਂ ਸਕਦੇ। ਤੇ ਮਲੰਤ, ਮਲੰਤ ਦਾ ਅਰਥ ਮਿਲਣਾ, ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਣਾ ਮਿਲਣਾ ਨਹੀਂ ਗਾ। ਭੱਟਾਂ ਦੇ ਸਵਈਆਂ ਚੋਂ ਸਾਰੇ ਬਚਨ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰ ਲੈਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਘਟਾਵਾਂ ਚੜ੍ਹਾ ਦੇਣੀਆਂ, ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਕਥਾ ਕੀਰਤਨ ਪਾਠ ਕਰ ਲੈਣਾ ਤੇ ਕਥਾ ਕੀਰਤਨ ਪਾਠ ਸੁਣ ਲੈਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਪੜ੍ਹਿਆ ਗੁਰੂ ਨੂੰ ਮਿਲਣਾ ਨਹੀਂ ਹੈ, ਗੁਰੂ ਦਾ ਮਿਲਾਪ ਇਹਦੇ ਤੋਂ ਗਾਹ। ਪਾਠ ਕਰ ਲੈਣਾ, ਕੀਰਤਨ ਕਰ ਲੈਣਾ, ਕਥਾ ਕਰ ਲੈਣੀ, ਅਜੇ ਮੇਰਾ ਗੁਰੂ ਨਾਲ ਮਿਲਾਪ ਨਹੀਂ ਹੋਇਆ। ਦਾਸ ਕਥਾ ਕਰ ਰਿਹਾ, ਹੁਣ ਆਪ ਸਰਵਣ ਕਰ ਰਹੇ ਹੋ ਕਿ ਆਪਾਂ ਸਾਰੇ ਕਥਾ ਕਰਨ ਵਾਲੇ ਤੇ ਕਥਾ ਸੁਣਨ ਵਾਲੇ ਜ਼ਰੂਰੀ ਨਹੀਂ ਹੈ ਵੀ ਅਜੇ ਗੁਰੂ ਨੂੰ ਮਿਲ ਪਏ ਹੋਈਏ ਆਪਾਂ। ਇਹ ਤੇ ਗੱਲ ਹੋ ਗਈ ਹੈ ਨਾ, ਹੁਣ ਸਮਝਣੀ ਵੀ ਮੈਂ ਤੇ ਸਤਿਗੁਰ ਕੋਲ ਆ ਗਿਆ, ਸਤਿਗੁਰ ਦੀ ਬਾਣੀ ਦੀ ਕਥਾ ਹੋ ਰਹੀ ਆ, ਸਾਰੇ ਕਥਾ ਸੁਣ ਰਹੇ, ਅਜੇ ਮੈਂ ਗੁਰੂ ਨੂੰ ਮਿਲਿਆ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਚਨ ਪਤਾ ਕੀ ਆਇਆ ਜੀ? ਪਾਤਸ਼ਾਹ ਕਹਿੰਦੇ ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲੇ, ਮਿਲਿਆ ਕਹੀਐ ਸੋਏ। ਅੰਤਰ ਆਤਮਾ ਜੋ ਮਿਲੇ, ਇੱਕ ਦਲੀਲ ਦਿਆਂ ਆਪਣੇ ਵਿਸ਼ੇ ਦੇ ਉੱਤੇ ਮੈਂ ਰਹਿਣਾ। ਗੁਰ ਸੰਗਤ, ਇਹ ਉੱਤਮ ਪੰਥ ਸੁਣਿਓ, ਗੁਰ ਸੰਗਤ ਅੰਤਰ ਆਤਮਾ ਜੋ ਮਿਲੇ, ਮਿਲਿਆ ਕਹੀਐ ਸੋਏ। ਮਾਫ ਕਰਿਓ, ਅੱਜ ਆਪਾਂ ਇਹ ਪ੍ਰਚਾਰ ਤੇ ਬਹੁਤ ਕੀਤਾ ਵਾ ਵੀ ਸਿੱਖ ਦਾ ਗੁਰੂ ਸ਼ਬਦ ਗੁਰੂ ਆ, ਦੇਹ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਆ ਜਿਹੜੀ ਕਾਇਆ ਵਾ ਇਹ ਗੁਰੂ ਨਹੀਂ। ਬਾਕੀ ਸੱਚ ਹੈ, ਇਸ ਗੱਲ ਦਾ ਤੇ ਆਪਾਂ ਨੂੰ ਪਤਾ ਕਿ ਦੇਹ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਬੋਡੀ ਗੁਰੂ ਨਹੀਂ, ਕਾਇਆ ਗੁਰੂ ਨਹੀਂ। ਗੁਰੂ ਆ ਸ਼ਬਦ, ਗੁਰੂ ਆ ਗਿਆਨ। ਔਰ ਮਾਫ ਕਰਿਓ, ਇਸ ਗੱਲ ਦਾ ਆਪਾਂ ਨੂੰ ਪਤਾ ਲੱਗਾ ਵੀ ਗੁਰੂ ਆ ਸ਼ਬਦ, ਦੇਹ ਗੁਰੂ ਨਹੀਂ। ਤੇ ਜੇ ਦੇਹ ਗੁਰੂ ਨਹੀਂ ਤੇ ਦੇਹ ਚੇਲਾ ਵੀ ਨਹੀਂ, ਚੇਲੇ ਆਪਣਾ ਸਰੀਰ ਕਰਕੇ। ਉੱਥੇ ਜਦੋਂ ਚੇਲੇ ਤੇ ਗੁਰੂ ਦੀ ਗੱਲ ਆਈ ਆ, ਉੱਥੇ ਬਚਨ ਇਹ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਸ਼ਬਦ ਦੇ ਵਿੱਚ ਜੁੜੀ ਹੋਈ ਜਿਹੜੀ ਸੁਰਤ ਆ ਉਹ ਚੇਲਾ, ਸੁਰਤ ਕਰਕੇ ਚੇਲੇ ਬਣ ਗਏ ਆਪਾਂ ਸਾਰੇ। ਗੁਰੂ ਤੇ ਚੇਲੇ ਦਾ ਮੇਲ ਉਸ ਦਿਨ ਆ ਜਿਸ ਦਿਨ ਸ਼ਬਦ ਅਤੇ ਸੁਰਤ ਦਾ ਮੇਲ ਆ। ਇਹ ਗੱਲ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਹੀ, ਇਹ ਬਚਨ ਗੁਰੂ ਨਾਨਕ ਸਾਹਿਬ ਦੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਗਵਾਹੀ ਭਗਤ ਨਾਮਦੇਵ ਜੀ ਨੇ ਵੀ ਦਿੱਤੀ ਹੈ ਬਾਣੀ ਚ। ਭਗਤ ਨਾਮਦੇਵ ਇੱਕ ਜਗ੍ਹਾ ਤੇ ਕਹਿੰਦੇ, ਉਹਨਾਂ ਦੇ ਬੋਲ ਨੇ, ਉਹ ਕਹਿੰਦੇ ਸੋਨੇ ਕੀ ਸੂਈ ਰੁਪਏ ਕਾ
ਧਾਤਾ ਨਾਮੀ ਕਾ ਚਿਤ ਹਰਸਿਉ ਲੱਗਾ। ਗੁਰੂ ਗ੍ਰੰਥ ਸਾਹਿਬ ਦਾ ਦਿਹਾੜਾ ਮਨਾ ਰਹੇ ਹੋ ਤਾਂ ਮੈਂ ਕੁਝ ਮਿੰਟ ਵਾਸਤੇ ਇਧਰਲੇ ਪਾਸੇ ਜਾਣਾ। ਗੁਰ ਸੰਗਤ ਕੀ ਆ, ਸਤਿਗੁਰ ਨੂੰ ਮਿਲਣਾ ਕੀ ਆ, ਕਿਵੇਂ ਜਮਾਂ ਦਾ ਡਰ ਮੁੱਕ ਕੇ ਜੀਵਨ ਚ ਆਨੰਦ ਭਰ ਜਾਂਦਾ, ਕੀ ਆ ਉਹ ਜੀਵਨ ਜਿਹੜਾ ਗੁਰੂ ਗ੍ਰੰਥ ਸਾਹਿਬ ਕੋਲੋਂ ਆ ਕੇ ਮਿਲਣਾ, ਸ਼ਬਦ ਚ ਜੁੜ ਕੇ ਮਿਲਣਾ। ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਆਪਾਂ ਚੇਲੇ ਬਣ ਸਕਦੇ। ਭਗਤ ਨਾਮਦੇਵ ਕਹਿੰਦੇ ਸੋਨੇ ਕੀ ਸੂਈ, ਸੋਨੇ ਦੀ ਸੂਈ ਤੇ ਬਣ ਜੂ, ਰੁਪੇ ਦਾ ਧਾਗਾ, ਰੁਪੇ ਦਾ ਅਰਥ ਹੁੰਦਾ ਚਾਂਦੀ। ਕਹਿੰਦੇ ਸੋਨੇ ਦੀ ਮੇਰੇ ਕੋਲ ਸੂਈ ਆ ਤੇ ਉਸ ਸੋਨੇ ਦੀ ਸੂਈ ਚ ਮੈਂ ਚਾਂਦੀ ਦਾ ਧਾਗਾ ਪਾਇਆ। ਕੌਣ ਆ ਸ਼ਬਦ ਤੇ ਕੌਣ ਆ ਸੂਈ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਆ ਸ਼ਬਦ ਤੇ, ਸ਼ਬਦ ਤੇ ਸੁਰਤ ਕੀ ਆ, ਸੂਈ ਤੇ ਧਾਗਾ। ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸ਼ਬਦ ਐਸੇ ਆ ਜਿਹੜੇ ਪ੍ਰਤੀਕ ਆਏ ਆ, ਕਿਸੇ ਹੋਰ ਚੀਜ਼ ਦੇ ਪ੍ਰਤੀਕ ਆ, ਪਰ ਉਹਦਾ ਮਤਲਬ ਅੰਤਰੀਕ ਭਾਵ ਕੁਝ ਹੋਰ ਆ। ਇੱਕ ਦਲੀਲ ਦੇ ਦਾ ਇਹੋ ਜਿਹੀ ਹੋਰ, ਜਿਵੇਂ ਸੋਨੇ ਕੀ ਸੂਈ, ਰੁਪੇ ਕਾ ਧਾਗਾ। ਭਗਤ ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਇੱਕ ਜਗ੍ਹਾ ਤੇ ਪਤਾ ਕੀ ਕਹਿੰਦੇ, ਉਹ ਕਹਿੰਦੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੇ ਨਿਤ ਭੇਡ। ਹੁਣ ਜਿਹੜਾ ਲੇਲਾ ਵਾ ਉਹਨੇ ਭੇਡ ਨੂੰ ਚੁੰਘਣਾ, ਹੈ ਕੰਮ ਉਲਟ ਹੋ ਰਿਹਾ। ਭਗਤ ਕਬੀਰ ਜੀ ਕਹਿੰਦੇ ਅਚਰਜ ਭਈ ਖੇਡ, ਹੈਰਾਨ ਕਰਨ ਵਾਲੀ ਖੇਡ ਦੁਨੀਆ ਚ ਵਰਤ ਰਹੀ ਆ। ਕੀ? ਲੇਲੇ ਕੋ ਚੁੰਘੇ ਨਿਤ ਭੇਡ। ਇੱਥੇ ਲੇਲਾ ਪ੍ਰਤੀਕ ਆ ਮਨ ਦਾ ਤੇ ਭੇਡ ਪ੍ਰਤੀਕ ਆ ਬੁੱਧੀ ਦੀ। ਚਾਹੀਦਾ ਤੇ ਇਹ ਸੀ ਵੀ ਬੁੱਧੀ ਦੇ ਮਗਰ ਮਗਰ, ਅਕਲ ਦੇ ਮਗਰ ਮਗਰ ਸਾਡਾ ਮਨ ਤੁਰਦਾ ਜਿੱਧਰਲੇ ਪਾਸੇ ਨੂੰ ਸਾਡੀ ਅਕਲ ਜਾਂਦੀ। ਅਕਲ ਰੂਪੀ ਭੇਡ, ਬੁੱਧੀ ਰੂਪੀ ਭੇਡ ਜਿਹੜੇ ਪਾਸੇ ਨੂੰ ਤੁਰਦੀ, ਮਗਰ ਮਗਰ ਮਨ ਦਾ ਲੇਲਾ ਉਹਦੇ ਪਿੱਛੇ ਪਿੱਛੇ ਚੱਲਦਾ। ਉਹ ਕੀ ਰਿਹਾ ਦੁਨੀਆ ਚ? ਬੁੱਧੀ ਦੇ ਮਗਰ ਮਗਰ, ਅਕਲ ਦੀ ਭੇਡ ਦੇ ਮਗਰ ਮਗਰ ਮਨ ਲੇਲੇ ਨੂੰ ਤੁਰਨਾ ਚਾਹੀਦਾ ਸੀ, ਹੋਣਾ ਤੇ ਚਾਹੀਦਾ। ਤੇ ਹੋ ਕੀ ਰਿਹਾ? ਲੇਲੇ ਕੋ ਚੁੰਘੇ ਨਿਤ ਭੇਡ, ਮਨ ਦਾ ਲੇਲਾ ਅੱਗੇ ਲਗਾ ਤੇ ਅਕਲ ਦੀ ਭੇਡ ਪਿੱਛੇ ਪਿੱਛੇ ਤੁਰੀ ਫਿਰਦੀ। ਅਕਲ ਮਗਰ ਮਗਰ ਵਾ, ਜੋ ਮਨ ਕਹਿੰਦਾ ਉਹ ਬੰਦਾ ਕਰੀ ਜਾਂਦਾ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ। ਕੁਸਲਾਤ ਅਰਥ ਹੈ ਅਕਲ। ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ। ਕਾਹਦੀ ਤੇਰੀ ਅਕਲ ਹੈ? ਹਾਥ ਦੀਪ, ਦੀਪਕ ਕਿਹੜਾ ਸੀ? ਅਕਲ। ਹਾਥ ਦੀਪ, ਹੱਥ ਦੇ ਵਿੱਚ ਤੂੰ ਫੜਿਆ ਅਕਲ ਦਾ ਦੀਵਾ ਹੱਥ 'ਚ ਫੜੇ ਦਾ ਮਤਲਬ ਆ ਵੀ ਅਕਲ ਤੇਰੇ ਕੋਲ ਵਾ, ਅਕਲ ਦਾ ਦੀਵਾ, ਬੁੱਧੀ ਦਾ ਦੀਵਾ ਤੇਰੇ ਕੋਲ ਆ। ਫਿਰ ਖੂਜ ਡਿੱਗੀ ਜਾਂਦਾ ਕਾਹੇ ਕੀ ਕੁਸ਼ਲਾਤ। ਹਾਥ ਦੀਪ ਕੂਏ ਭਰੇ, ਕੂਏ 'ਚ ਡਿੱਗਦਾ, ਖੂਜ ਡਿੱਗਦਾ। ਕਿਉਂ ਡਿੱਗਦਾ ਭਲਾ? ਕਿਉਂਕਿ ਮਨ ਦੇ ਅੱਗੇ ਲੱਗਦਾ, ਮਨ ਨੇ ਤੈਨੂੰ ਕੂਏ ਸੁੱਟਣੇ ਸੁੱਟਣਾ। ਇਸ ਲਈ ਕੇਵਲ ਇੱਕ ਦਲੀਲ ਮੈਂ ਦਿੱਤੀ। ਇਸੇ ਤਰ੍ਹਾਂ ਬੇਨਤੀ ਕਰ ਰਿਹਾ, ਸੋਨੇ ਕੀ ਸੂਈ, ਰੁਪੇ ਕਾ ਧਾਗਾ। ਪ੍ਰਤੀਕ, ਸੂਈ ਪ੍ਰਤੀਕ ਹੈ ਸ਼ਬਦ ਦੀ, ਧਾਗਾ ਪ੍ਰਤੀਕ ਆ ਸੁਰਤ ਦਾ। ਸੋਨੇ ਕੀ ਸੂਈ, ਸੋਨੇ ਦਾ ਅਰਥ ਹੈ ਨਿਰਮਲ, ਮੇਰੇ ਕੋਲ ਨਿਰਮਲ ਸ਼ਬਦ ਦੀ ਸੂਈ ਆ ਤੇ ਉਸ ਸ਼ਬਦ ਦੀ ਸੂਈ ਵਿੱਚ ਮੈਂ ਆਪਣੀ ਸੁਰਤ ਦਾ ਚਾਂਦੀ ਦਾ ਧਾਗਾ ਪਾ ਦਿੱਤਾ ਵਾ ਤੇ ਦੋਵਾਂ ਨੇ ਮਿਲ ਕੇ ਕੰਮ ਕੀ ਕਰਨਾ ਭਲਾ? ਸੂਈ ਧਾਗੇ ਦਾ ਕੀ ਕੰਮ ਆ? ਇਹ ਵੀ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਉਚਾਰਨ ਕੀਤਾ। ਗੁਰੂ ਨਾਨਕ ਸਾਹਿਬ ਦਾ ਸਲੋਕ ਆ ਵੀ ਸੂਈ ਧਾਗਾ ਕੀ ਕੰਮ ਕਰਦੇ ਆ, ਪਾਣੀ ਤੋਂ ਬਾਹਰ ਜਾ ਕੇ ਤੁਹਾਨੂੰ ਕੋਈ ਗੱਲ ਨਹੀਂ ਕਰਨ ਦੀ ਲੋੜ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਚ। ਸ਼ਬਦ ਦੀ ਸੂਈ ਸੁਰਤ ਦਾ ਧਾਗਾ ਤੇ ਸੂਈ ਧਾਗੇ ਦਾ ਕੰਮ ਕੀ? ਬਾਣੀ ਚ ਪਾਤਸ਼ਾਹ ਨੇ ਕੀ ਦੱਸਿਆ? ਕਹਿੰਦੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢਾ, ਮਾਹ ਪੱਖ ਕਿਉਂ ਚੱਲੇ ਨਾ ਹੀ ਘੜੀ ਮੋਤ ਕਿਛ ਹੰਢਾ। ਸੂਈ ਧਾਗੇ ਦਾ ਕੰਮ ਆ ਟੁੱਟਿਆਂ ਨੂੰ ਸੀਣਾ, ਪਾਟਿਆਂ ਨੂੰ ਸਿਉਣਾ, ਇਕੱਠਿਆਂ ਕਰਨਾ ਉਹਨਾਂ ਨੂੰ। ਭਗਤ ਨਾਮਦੇਵ ਕਹਿੰਦੇ ਮੇਰੇ ਕੋਲ ਆ ਗਈ ਸ਼ਬਦ ਦੀ ਸੂਈ ਤੇ ਸ਼ਬਦ ਦੀ ਸੂਈ 'ਚ ਮੈਂ ਪਾ ਦਿੱਤਾ ਸੁਰਤ ਦਾ ਧਾਗਾ ਤੇ ਦੋਵਾਂ ਨੇ ਮਿਲ ਕੇ ਕੀ ਕੀਤਾ ਜੀ? ਹੁਣ ਸੋਨੇ ਕੀ ਸੂਈ, ਰੁਪੇ ਕਾ ਧਾਗਾ, ਨਾਮੇ ਕਾ ਚਿਤ ਹਰਸਿਉ ਲੱਗਾ। ਹੁਣ ਨਾਮਦੇਵ ਦਾ ਜਿਹੜਾ ਜਨਮਾਂ ਜਨਮਾਤਰਾਂ ਦਾ ਚਿੱਤ ਰੱਬ ਨਾਲੋਂ ਟੁੱਟਾ ਹੋਇਆ ਸੀ,
ਸ਼ਬਦ ਤੇ ਸੁਰਤ ਦੇ ਸੂਈ ਧਾਗੇ ਨੇ, ਉਹਨੂੰ ਹੁਣ ਪਰਮਾਤਮਾ ਨਾਲ ਗੰਢ ਦਿੱਤਾ ਹੈ, ਪਰਮੇਸ਼ਰ ਨਾਲ। ਨਾਮੇ ਕਾ ਚਿੱਤ, ਨਾਮ ਦੇਵ ਦਾ ਚਿੱਤ ਹੁਣ ਕਿੱਥੇ ਲੱਗ ਗਿਆ? ਹਰਸ਼ੋ ਲੱਗ ਗਿਆ, ਨਿਰੰਕਾਰ ਪਰਮਾਤਮਾ ਨਾਲ ਲੱਗ ਗਿਆ, ਸੀ ਦਿੱਤਾ ਹੁਣ ਇਹਨਾਂ ਨੇ। ਇਸ ਲਈ ਮੇਰੀ ਬੇਨਤੀ ਸੁਣਿਓ, ਦੇਹ ਗੁਰੂ ਨਹੀਂ ਤੇ ਦੇਹ ਕਰਕੇ ਸਰੀਰ ਕਰਕੇ